ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੈਪਟਨ ਸਰਕਾਰ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਬਿੱਲ ਪਾਸ ਕਰਵਾਉਣ ਤੋਂ ਬਾਅਦ ਭਾਵੇਂ ਕਾਂਗਰਸੀਆਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਦਾ ਰਾਖਾ ਦੱਸਿਆ ਜਾ ਰਿਹਾ ਹੈ ਪਰ ਵਿਰੋਧੀ ਪਾਰਟੀਆਂ ਹੁਣ ਸਵਾਲਾਂ ਦੇ ਘੇਰੇ ਵਿੱਚ ਘਿਰਦੀਆਂ ਦਿਖਾਈ ਦਿੰਦੀਆਂ ਨੇ ਕਿਉਂਕਿ ਜਿੱਥੇ ਇੱਕ ਪਾਸੇ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿੱਲਾਂ ਦੀ ਸਪੋਰਟ ਕੀਤੀ ਅਤੇ ਪੰਜਾਬ ਦੇ ਗਵਰਨਰ ਦੇ ਕੋਲ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗਏ ਉਧਰ ਦੂਜੇ ਪਾਸੇ মিডিਆ ਦੇ ਸਾਹਮਣੇ ਆ ਕੇ ਇਹਨਾਂ ਦੋ ਹਾਂ ਪਾਰਟੀਆਂ ਨੇ ਕੈਪਟਨ ਸਰਕਾਰ ਵੱਲੋਂ ਪਾਸ ਕਰਵਾਏ ਗਏ ਬਿੱਲਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਅਕਾਲੀ ਦਲ ਨੇ ਕਿਹਾ ਕਿ ਅਸੀਂ ਕੈਪਟਨ ਦੇ ਬਿੱਲਾਂ ਨਾਲ ਸਹਿਮਤ ਨਹੀਂ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਕੋਲੋਂ ਇਹ ਕਾਨੂੰਨ ਬਣਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੰਦੀ ਤਾਂ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਸਰਕਾਰ ਉਹਨਾਂ ਨੂੰ ਐਮਐਸਪੀ ਦੇਗੀ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਤੇ ਹੀ ਦੇ ਵਿੱਚ ਆਉਂਦੇ ਦਿਖਾਈ ਦਿੰਦੇ ਨੇ ਅਤੇ ਸੁਖਪਾਲ ਸਿੰਘ ਖੈਰਾ ਨੂੰ ਇਹ ਦੋਵੇਂ ਪਾਰਟੀਆਂ ਦੋਗਲੀ ਨੀਤੀ ਖੇਡਦੀਆਂ ਜਾਪਦੀਆਂ ਨੇ ਆਖਰ ਕਿਉਂ ਲੱਗਦਾ ਏ ਅਜਿਹਾ ਖੈਰਾ ਨੂੰ ਤੁਸੀਂ ਆਪ ਹੀ ਦੇਖ ਲਓ ਵੈਸੇ ਤਾਂ ਸਮੁੱਚੇ ਦੇਸ਼ ਵਿੱਚ ਗਿਰਦੇ ਹੋਏ ਸਿਆਸੀ ਮਿਆਰ ਦਾ ਪਰ ਜੋ ਕੁਝ ਪਿਛਲੇ ਦਿਨਾਂ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਹੋਇਆ ਉਹਦੇ ਤੇ ਜ਼ਰੂਰ ਆਪਾਂ ਸਭ ਨੂੰ ਸਚਾਈ ਜਾਣਣੀ ਚਾਹੀਦੀ ਆ ਇਸ ਵਿੱਚ ਕੋਈ ਸ਼ੁਭਾ ਨਹੀਂਗਾ ਕਿ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਪਿਛਲੇ 73 ਸਾਲ ਤੋਂ ਇੱਕ ਕਲੋਨੀ ਦੀ ਤਰ੍ਹਾਂ ਐਕਸਪਲੋਇਟ ਕੀਤਾ ਉਹਦਾ ਸ਼ੋਸ਼ਣ ਕੀਤਾ ਔਰ ਜਦ ਲੋਡ ਪੇ ਇਹ ਕਿਸਾਨਾਂ ਨੂੰ ਵਰਤਿਆ ਤੇ ਅੱਜ ਜਦੋਂ ਦੇਸ਼ ਦਾ ਅਨਾਜ ਦਾ ਭੰਡਾਰ ਭਰ ਗਿਆ ਉਹਨਾਂ ਨੂੰ ਅੱਧਵਾਟੇ ਛੱਡ ਦਿੱਤਾ ਪੰਜਾਬ ਦੀ ਸਰਕਾਰ ਨੇ ਵੀ ਕਈ ਸਾਰੀਆਂ ਸਰਕਾਰਾਂ ਨੇ ਜਿਹੜਾ ਇਹਨਾਂ ਨੂੰ ਕੋਈ ਆ ਆਲਟਰਨੇਟ ਕ੍ਰੋਪਿੰਗ ਜਿਹੜੀ ਡਾਈਵਰਸੀਫਾਈ ਕਰਕੇ ਕਿਸੇ ਹੋਰ ਫਸਲ ਵੱਲ ਕਿਸਾਨਾਂ ਨੂੰ ਲੈ ਕੇ ਜਾਣਾ ਚਾਹੀਦਾ ਸੀ ਅੱਜ ਤੋ ਕੁਛ ਦੇ ਹੱਕੇ ਪਹਿਲਾਂ ਉਹ ਵੀ ਆਪਣੀ ਇਸ ਗੱਲ ਵਿੱਚ ਫੇਲ ਹੋਏ ਨੇ ਆਸਤਾ ਆਸਤਾ ਕਣਕ ਤੇ ਝੋਨਾ ਜਿਹੜਾ ਸੀਗਾ ਉਹ ਇੱਕ ਕਿਸਮ ਦਾ ਸਾਡੇ ਵਾਸਤੇ ਪੰਜਾਬ ਦੀ ਸਟੇਟ ਚੋਂ ਚੁੱਕਣਾ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਔਰ ਉਹਨਾਂ ਕੇਂਦਰ ਦੀ ਸਰਕਾਰ ਨੇ ਭੱਲਾ ਛਾੜਤਾ ਤਿੰਨ ਕਾਨੂੰਨ ਬਣਾਤੇ ਮੋਦੀ ਸਾਹਿਬ ਨੇ ਬਹੁਤ ਹਹਾਕਾਰ ਮੱਚੀ ਕਿਸਾਨਾਂ ਨੇ ਬਹੁਤ ਡਟ ਕੇ ਅੰਦੋਲਨ ਕੀਤਾ ਔਰ ਕਿਸਾਨਾਂ ਦੇ ਅੰਦੋਲਨ ਦੀ ਬਦੌਲਤ ਅ ਕੇਂਦਰ ਦੀ ਸਰਕਾਰ ਨੂੰ ਇੱਕ ਫਰਜੀ ਉਹਨਾਂ ਨੂੰ ਸੱਦਾ ਵੀ ਦਿੱਤਾ ਪਾਵਾਂਗੇ ਬਾਅਦ ਵਿੱਚ ਉਹਨਾਂ ਦੀ ਤੋਹੀਨ ਕੀਤੀ ਔਰ ਜਿਹੜਾ ਕੱਲ ਪਰਸੋਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਉਹ ਕਿਸਾਨਾਂ ਦੇ ਅੰਦੋਲਨ ਦੇ ਪ੍ਰੈਸ਼ਰ ਅਧੀਨ ਸੀਗਾ ਸੈਸ਼ਨ ਸ਼ੁਰੂ ਹੋ ਗਿਆ ਜੀ ਉੱਥੇ ਤਿੰਨ ਜਿਹੜੇ ਪ੍ਰਸਤਾਵ ਰੱਖੇ ਗਏ ਬਿੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਇੱਕ ਮਤਾ ਰੱਖਿਆ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਮੋਦੀ ਦੇ ਕਾਨੂੰਨਾਂ ਨੂੰ ਰੱਦ ਕਰਦੇ ਹਾਂ ਤੇ ਸਵੀਕਾਰ ਨਹੀਂ ਕਰਦੇ ਉਹਦੇ ਤੇ ਪੂਰਾ ਦਿਨ ਬਹਿਸ ਹੋਈ ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਕਟੋ-ਕਟ 6-7 ਬੁਲਾਰਿਆਂ ਨੂੰ ਟਾਈਮ ਮਿਲਿਆ ਆਮ ਆਦਮੀ ਪਾਰਟੀ ਦੇ 6-7 ਬੁਲਾਰਿਆਂ ਨੂੰ ਟਾਈਮ ਮਿਲਿਆ ਔਰ ਅੰਦਰ ਯਕੀਨ ਜਾਨਣਾ ਮੈਂ ਉੱਥੇ ਗਵਾਹ ਹਾਂ ਉੱਥੇ ਸਾਰਿਆਂ ਨੇ ਗੱਲਾਂ ਤਾਂ ਕਹੀਆਂ ਕਿ ਹਾਂਜੀ ਐਮਐਸਪੀ ਹੋਣੀ ਚਾਹੀਦੀ ਫਲਾਨਾ ਲੇਕਿਨ ਕਿਸੇ ਨੇ ਇਹਨਾਂ ਤਿੰਨ ਕਾਨੂੰਨਾਂ ਦਾ ਵਿਰੋਧ ਨਹੀਂ ਕੀਤਾ ਤੇ ਮਤਾ ਵੀ ਜਿਹੜਾ ਸਰਬਸੰਮਤੀ ਨਾਲ ਪਾਸ ਕੀਤਾ ਤੇ ਫਿਰ ਬਹੁਤ ਗਰਮਜੋਸ਼ੀ ਨਾਲ ਅਕਾਲੀ ਦਲ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਸਮੇਤ ਲੀਡਰ ਆਫ অপੋਜੀਸ਼ਨ ਸਾਰੇ ਐਮਐਲਏਜ਼ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਕੇ ਪੰਜਾਬ ਦੇ ਰਾਜਪਾਲ ਦੇ ਕੋਲ ਰਾਜ ਭਵਨ ਚੰਡੀਗੜ੍ਹ ਵਿਖੇ ਗਏ ਤਸਵੀਰਾਂ ਤੁਸੀਂ ਸਾਰਿਆਂ ਨੇ ਦੇਖ ਲਈਆਂ ਤੇ ਉਸ ਤੋਂ ਚੰਦ ਘੰਟੇ ਬਾਅਦ ਹੀ ਦੋਨਾਂ ਪਾਰਟੀਆਂ ਨੇ विक्रम जीठिया ਦਾ ਬਿਆਨ ਆਉਣ ਲੱਗ ਗਿਆ ਕਿ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਜੀ ਆਮ ਆਦਮੀ ਪਾਰਟੀ ਦਾ ਜਰਨੈਲ ਸਿੰਘ ਨੇ ਇੱਕ ਵੀਡੀਓ ਪਾਤੀ ਬਾਅਦ ਸ਼ਾਮ ਨੂੰ ਭਗਵੰਤ ਮਾਨ ਨੇ ਪਾਤੀ ਕਿ ਬਹੁਤ ਵੱਡਾ ਧੋਖਾ ਧੜੀ ਹੋ ਗਈ ਤੇ ਕੱਲ ਭਗਵੰਤ ਸਿੰਘ ਮਾਨ ਨੇ ਕੁਝ ਐਮਐਲਏ ਨੂੰ ਲੈ ਕੇ ਲੰਬੀ ਚੌੜੀ ਪ੍ਰੈਸ ਕਾਨਫਰੰਸ ਕੀਤੀ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਆਪਣੇ ਸਮੂਹ ਪੰਜਾਬੀਆਂ ਨੂੰ ਕਿ ਅੰਦਰ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਮਹਨੇਕੇਜ਼ ਯੋਗਦਾਨ ਨਹੀਂ ਪਾਇਆ ਔਰ ਸਾਰਿਆਂ ਨੇ ਤਕਰੀਬਨ ਤਕਰੀਬਨ ਜਿਹੜਾ ਇਸ ਗੱਲ ਇਸ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਬੋਲੇ ਨੇ ਅਗਰ ਫਰਜ਼ ਕਰੋ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ ਨੂੰ ਕੋਈ ਇਹਦੀਆਂ ਮੱਦਾ ਠੀਕ ਨਹੀਂ ਸੀ ਪ੍ਰਵਾਨ ਨਹੀਂ ਸੀ ਗਿਆ ਤਾਂ ਉਹਦੇ ਤੇ ਆਬਜੈਕਟ ਕਰਕੇ ਉਸ ਦਾ ਵਿਰੋਧ ਕਰਦੇ ਤੇ ਉਹਦੇ ਨਾਲ ਨਾ ਸਹਿਮਤੀ ਪ੍ਰਗਟਾਉਂਦੇ ਜਿਹੜੇ ਹੁਣ ਮਤੇ ਪਾਸ ਹੋਏ ਨੇ ਕਾਨੂੰਨ ਪਾਸ ਹੋਏ ਨੇ ਉਹ ਸਰਬਸੰਮਤੀ ਨਾਲ ਪਾਸ ਹੋਏ ਨੇ ਤੇ ਜਦ ਆਪਾਂ ਬਾਕੀ ਹੋਰ ਗੱਲਾਂ ਦੇ ਉੱਤੇ ਬਹੁਤ ਵਿਰੋਧ ਕਰਦੇ ਆ ਇਹ ਮਿੰਟ-ਪਿੰਟ ਬਾਅਦ ਵਾਕਆਊਟ ਕਰਦੇ ਵਾਕਆਊਟ ਕਰਕੇ ਬਾਹਰ ਆ ਜਾਂਦੇ ਮੀਡੀਆ ਨੂੰ ਦੱਸ ਦਿੰਦੇ ਕਿ ਅਸੀਂ ਸਹਿਮਤ ਨਹੀਂ ਐ ਨਾ ਜਿਹੜੇ ਪ੍ਰਸਤਾਵ ਕੀਤੇ ਨੇ ਕੈਪਟਨ ਅਬਰਿੰਦਰ ਸਿੰਘ ਨੇ ਜਿਹੜਾ ਬਾਹਰ ਆਣ ਕੇ ਹੁਣ ਝੂਠ ਬੋਲ ਰਹੇ ਨੇ ਇਹ ਮੈਂ ਸਮਝਦਾ ਕਿ ਛੋਟੇ ਪੱਧਰ ਦੀ ਰਾਜਨੀਤੀ ਆ ਇਹਦੇ ਨਾਲ ਤਾਂ ਚੰਗਾ ਇਹ ਹੀ ਸੀਗਾ ਕਿ ਆਮ ਆਦਮੀ ਪਾਰਟੀ ਦੇ ਤੇ ਅਕਾਲੀ ਦਲ ਵਾਲੇ ਕਹਿੰਦੇ ਜੀ ਸਾਨੂੰ ਉਸ ਵਕਤ ਵਿਧਾਨ ਸਭਾ ਵਿੱਚ ਸਮਝ ਨਹੀਂ ਆਈ ਅਸੀਂ ਆਪਣੀ ਗਲਤੀ ਮੰਨਦੇ ਆ ਤੇ ਹੁਣ ਅਸੀਂ ਮਹਿਸੂਸ ਕਰਦੇ ਆ ਕਿ ਇਹ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਇਹਦੇ ਵਿੱਚ ਮਿਨਿਮਮ ਸਪੋਰਟ ਪ੍ਰਾਈਸ ਨੂੰ ਪੰਜਾਬ ਸਰਕਾਰ ਨੂੰ ਹਰਗੇਸ ਯਕੀਨੀ ਬਣਾਉਣਾ ਚਾਹੀਦਾ ਸੀ ਇਹ ਤਾਂ ਫਿਰ ਵੀ ਗੱਲ ਲੋਕ ਸਮਝ ਜਾਂਦੇ ਕਿ ਹਾਂ ਜੀ ਇਹਨਾਂ ਨੂੰ ਜਿਹੜਾ ਉਸ ਵਕਤ ਇੱਕਦਮ ਸਮਝ ਨਹੀਂ ਆਈ ਪੜ ਨਹੀਂ ਸਕੇ ਲੇਕਿਨ ਇਹ ਕਹਿਣਾ ਆਣ ਕੇ ਕਿ ਸਾਡੇ ਨਾਲ ਧੋਖਾ ਹੋਇਆ ਕਿਸਾਨਾਂ ਨਾਲ ਧੋਖਾ ਹੋਇਆ ਇਹ ਸਰਾ ਸਰ ਕੀ ਕਹਿੰਦੇ ਹੁੰਦੇ ਦੋਰੇ ਮਾਪ ਡਣ ਨੇ ਡਬਲ ਸਪੀਕ ਆ ਸ਼ੇਅਰ ਪੋਲਿਟੀਕਲ ਓਪਰਚੂਨਿਜ਼ਮ ਔਰ ਕੱਲ ਮੈਂ ਹੈਰਾਨ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਉਹ ਵੀ ਟਵੀਟ ਤੇ ਟਵੀਟ ਕਰ ਰਿਹਾ ਟਵੀਟ ਤੇ ਟਵੀਟ ਕਰ ਰਿਹਾ ਕੈਪਟਨ ਮਨਿੰਦਰ ਸਿੰਘ ਨੇ ਮੂਰਖ ਬਣਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਤੇ ਇਹਦਾ ਮਤਲਬ ਤੁਹਾਡੇ ਜਿਹੜੇ ਐਮ ਐਲ ਏ ਸੀਗੇ ਆਮ ਆਦਮੀ ਪਾਰਟੀ ਦੇ ਸਮੇਤ ਲੀਡਰ ਆਫ ਓਪੋਜੀਸ਼ਨ ਉਹ ਸਾਰੇ ਮੂਰਖ ਸੀਗੇ ਬਜਾਏ ਕਿ ਉਹਨਾਂ ਨੂੰ ਤੁਸੀਂ ਉਹਨਾਂ ਦੀ ਕਲਾਸ ਲਵੋ ਕਿ ਤੁਸੀਂ ਅੰਦਰ ਕੀ ਕਰਦੇ ਸਿਗੇ ਤੁਸੀਂ ਇਹਨਾਂ ਬਿੱਲਾਂ ਤੇ ਜਿਹੜਾ ਹੈ ਟਿੱਪਣੀ ਕਰਨੀ ਤੁਹਾਡਾ ਸ਼ੋਭਾ ਨਹੀਂਗਾ ਜੇ ਤੁਸੀਂ ਵਾਕਿ ਹੀ ਪੰਜਾਬ ਹਤੈਸ਼ੀ ਹੋ ਤੇ ਤੁਹਾਡੇ ਕੋਲ ਵੀ ਇੱਕ ਬਕਾਇਦਾ ਦਿੱਲੀ ਚ ਵਿਧਾਨ ਸਭਾ ਵਾ ਤੁਸੀਂ ਇਸੇ ਤਰੀਕੇ ਨਾਲ ਜਿੱਦਾਂ ਪੰਜਾਬ ਨੇ ਰੱਦ ਕੀਤਾ ਮੋਦੀ ਦੇ ਕਾਨੂੰਨਾਂ ਨੇ ਇੱਕ ਮਤਾ ਹੀ ਪਾਸ ਕਰਕੇ ਦਿਖਾ ਦਿਓ ਚਲੋ ਤੁਸੀਂ ਕਾਨੂੰਨਾਂ ਨੂੰ ਅਮੈਂਡ ਨਾ ਕਰੋ ਤੁਸੀਂ ਕਹਿੰਨੇ ਕਿ ਸੈਂਟਰਲ ਕਾਨੂੰਨ ਸਿਗੇ ਦੂਸਰੀ ਗੱਲ ਕੱਲ ਭਗਵੰਤ ਮਾਨ ਨੇ ਤੇ ਕੁਝ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਜੀ ਕਿ ਪੰਜਾਬ ਜਿਹੜੀ ਆ ਉਹ ਕਿਸਾਨਾਂ ਨੂੰ ਹੁਣ ਮਿਨਿਮਮ ਸਪੋਰਟ ਪ੍ਰਾਈਸ ਪੰਜਾਬ ਦੀ ਸਰਕਾਰ ਦੇਵੇ ਦੋਸਤੋ ਮੈਂ ਅੱਛੀ ਤਰ੍ਹਾਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਰੇ ਪ੍ਰੋਕਿਊਰਮੈਂਟ ਹੁੰਦੀਆਂ ਨਾ ਪੰਜਾਬ ਚੋਂ ਜਿਹੜੀ ਫਸਲ ਚੱਕੀ ਜਾਂਦੀ ਹੈ ਲਗਭਗ ਡੇਢ ਲੱਖ ਮੈਟ੍ਰਿਕ ਟਨ ਕਣਕ ਤੇ ਡੇਢ ਲੱਖ ਮੈਟ੍ਰਿਕ ਟਨ ਝੋਨਾ ਚੱਕਿਆ ਜਾਂਦਾ ਪੰਜਾਬ ਚੋਂ ਇਹ ਕੇਂਦਰ ਦੀ ਸਰਕਾਰ ਵਾਸਤੇ ਅਸੀਂ ਪ੍ਰੋਕਿਊਰ ਕਰਦੇ ਹਾਂ ਏਜੰਸੀਆਂ ਸਾਡੀਆਂ ਹੁੰਦੀਆਂ ਪੰਜਾਬ ਦੀਆਂ ਪੰਸਪ ਮਾਰਕਫਿਡ ਪਨ ਗ੍ਰੀਨ ਐਫਸੀਆਈ ਕੇਂਦਰ ਦੀ ਹੁੰਦੀ ਹੈ ਤੇ ਦੋਨਾਂ ਫਸਲਾਂ ਵਾਸਤੇ 65000 ਕਰੋੜ ਰੁਪਏ ਦੀ ਰਾਸ਼ੀ ਚਾਹੀਦੀ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਇੱਕ ਸੀਸੀਐਲ ਲਿਮਿਟ ਕਹਿੰਦੇ ਉਹਨੂੰ ਕੈਸ਼ ਕ੍ਰੈਡਿਟ ਲਿਮਿਟ ਦਿੰਦੀ ਹਰ ਸਾਲ ਸਰਕਾਰ ਨੂੰ ਤੇ ਅਸੀਂ 65000 ਕਰੋੜ ਦਾ ਅਨਾਜ ਖਰੀਦ ਕੇ ਤੇ ਸਾਰੇ ਦੇਸ਼ ਦੇ ਗੋਦਾਮਾਂ ਵਿੱਚ ਭੇਜਿਆ ਜਾਂਦਾ ਵਾ ਸਾਰੇ ਦੇਸ਼ ਦੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਕਿ ਜਿਹੜੀ ਸਟੇਟ ਦਾ ਆਪਣਾ ਬਜਟ ਸਾਲ ਦਾ ਪਿਛਲੇ 2020 ਦਾ 1.5 ਲੱਖ ਕਰੋੜ ਰੁਪਏ ਉਹਦੇ ਚੋਂ 65000 ਕਰੋੜ ਰੁਪਏ ਕੀ ਪੰਜਾਬ ਸਰਕਾਰ ਐ ਐਮਐਸਪੀ ਦੇ ਕੇ ਕਿਸਾਨਾਂ ਦੀ ਫਸਲ ਚੱਕ ਸਕਦੀ ਹੈ ਤੇ ਜੇ ਚੱਕ ਵੀ ਲਵੇਗੀ 1 ਮਿੰਟ ਵਾਸਤੇ ਰੱਖੇਗੀ ਕਿੱਥੇ ਕਿਉਂਕਿ ਇਹ ਜਿਹੜਾ ਅਨਾਜ ਦਾ ਭੰਡਾਰ ਹੈ ਤਾਂ ਸਾਰੇ ਦੇਸ਼ ਤੇ ਗਦਾਮ ਵੀ ਸ਼ਾਰਟ ਪੈਂਦੇ ਨੇ ਔਰ ਇਸ ਤਰ੍ਹਾਂ ਮੈਂ ਸਮਝਦਾ ਕਿ ਇਹ ਕੁਝ ਸਲਾਹ ਵੀ ਜੀ ਦੇਣੀ ਆ ਤੇ ਕੁਝ ਥੋੜੀ-ਬਹੁਤੀ ਪ੍ਰੈਕਟੀਕਲ ਸਲਾਹ ਤਾਂ ਦੇਣੀ ਚਾਹੀਦੀ ਨਾ ਆਪਾਂ ਇਦਾਂ ਦੀਆਂ ਇਮ ਪ੍ਰੈਕਟੀਕਲ ਗੱਲਾਂ ਕਰ ਰਹੇ ਹਾਂ ਸਿਰਫ ਗੈਲਰੀ ਨੂੰ ਖੇਡਣ ਵਾਸਤੇ ਔਰ ਆਮ ਆਦਮੀ ਪਾਰਟੀ ਨੇ ਅੰਦਰ ਕੁਝ kiya ਤੇ ਬਾਹਰ ਪਬਲਿਕ ਵਿੱਚ ਆਣ ਕੇ ਪ੍ਰੈਸ ਤੇ ਮੀਡੀਆ ਵਿੱਚ ਤਸਵੀਰਾਂ ਖਚਾਉਣ ਵਾਸਤੇ ਤੇ ਫੋਟੋਆਂ ਤੇ ਸਸਤੀ ਸ਼ੋਹਰਤ ਲੈਣ ਵਾਸਤੇ ਇੱਥੇ ਕੁਝ ਹੋਰ ਕਹਿ ਰਹੇ ਨੇ ਮੈਂ ਅਮਰ ਚੀਫ ਮਿਨਿਸਟਰ ਦਾ ਵੀ ਬਿਆਨ ਸੁਣਿਆ ਉਸਨੇ ਵੀ ਇਹ ਟਿੱਪਣੀ ਕੀਤੀ ਹੈ ਕਿ ਅੰਦਰ ਵਿਕਰਮਜੀਤਿਆ ਨੇ ਅਕਾਲੀਆਂ ਨੇ ਮੇਰੇ ਸਾਰੀ ਗੱਲ ਦੀ ਸਪੋਰਟ ਕੀਤੀ ਬਾਹਰ ਜਾ ਕੇ ਉਲਟ ਬੋਲ ਰਹੇ ਨੇ ਇਹ ਮੈਂ ਸਮਝਦਾ ਕਿ ਇੱਕ ਗਿਰਦੇ ਹੋਏ ਸਿਆਸੀ ਮਿਆਰ ਦਾ ਨਤੀਜਾ ਹੈ ਔਰ ਆਮ ਆਦਮੀ ਪਾਰਟੀ ਨੇ ਦੇਖੋ ਵਿਧਾਨ ਸਭਾ ਵਿੱਚ ਜਿਹੜਾ ਮੇਨ ਸੈਸ਼ਨ ਸੀਗਾ ਜਿੱਦਣ ਗੱਲ ਸ਼ੁਰੂ ਹੋਣੀ ਸੀ ਉਸ ਤੋਂ ਇੱਕ ਰਾਤ ਪਹਿਲਾਂ ਅੰਦਰ ਵਿਧਾਨ ਸਭਾ ਦੇ ਸੋਫਿਆਂ ਤੇ ਫਰਸ਼ਾਂ ਤੇ ਸੌਂ ਕੇ guzari ਲੋਕਾਂ ਨੂੰ ਕਹਾਂ ਸਾਨੂੰ ਬਿੱਲ ਨਹੀਂ ਦਿੱਤੇ ਜਾ ਰਹੇ ਬਿੱਲ ਨਹੀਂ ਦਿੱਤੇ ਜਾ ਰਹੇ ਤੇ ਪਰਸੋਂ ਜਦੋਂ ਵਿਧਾਨ ਸਭਾ ਦੇ ਅਸਲ ਜਦੋਂ ਬਹਿਸ ਹੋਣੀ ਸੀ ਉਹ ਤੋਂ ਬੜੇ ਸੋਨੇ ਨਾਤ ਹੋ ਕੇ ਆਪਣੇ ਘਰ ਆਣ ਕੇ ਫਿਰ ਤਿਆਰ ਹੋ ਕੇ ਬੈਠ ਕੇ ਉੱਥੇ ਫਿਰ ਬਿਲਕੁਲ ਬਿੱਲਾਂ ਦਾ ਜ਼ਿਕਰ ਨਹੀਂ ਕੀਤਾ ਤੇ ਬਹਿਸ ਵਿੱਚ ਹਿੱਸਾ ਲਿਆ ਤੇ ਬਕਾਇਦਾ ਆਪਣੀ ਗੱਲ ਰੱਖੀ ਤੇ ਬਾਹਰ ਆਣ ਕੇ ਜਿਹੜਾ ਸਰਾਸਰ ਝੂਠੀ ਬਿਆਨਬਾਜ਼ੀ ਔਰ ਜਿਹੜਾ ਕੱਲ ਵੀ ਸੈਸ਼ਨ ਹੋਇਆ ਨਾ ਉਹਦੇ ਚ 7 ਬਿਲ ਪਾਸ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਔਰ ਧੜਾ ਧੜ ਪਾਸ ਕਰ ਦਿੱਤੇ ਕਿਸੇ ਨੂੰ ਬੋਲਣ ਦੀ ਮੌਕਾ ਨਹੀਂ ਮਿਲਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਦੇ ਲੀਡਰ ਨੇ ਜਿਹੜਾ ਐਲੋਪੀ ਆ ਇਸ ਨੇ ਸਪੀਕਰ ਦੇ ਖਿਲਾਫ ਕੋਈ ਅਪ ਅਪ ਸ਼ਬਦ ਬੋਲੇ ਸ਼ਬਦਾਵਲੀ ਤੇ ਸਪੀਕਰ ਨੇ ਕਿਹਾ ਔਰ ਕਾਂਗਰਸ ਪਾਰਟੀ ਦੇ ਐਮਐਲਏ ਖੜੇ ਹੋ ਕੇ ਕਿ ਤੁਸੀਂ ਸਪੀਕਰ ਤੋਂ ਮਾਫੀ ਮੰਗੋ ਤੇ ਮਾਫੀ ਅਸੀਂ ਮੰਗਣੀ ਨਹੀਂ ਅਸੀਂ ਜਿੱਦ ਕਰਨੀ ਆ ਹਾਊਸ ਚੱਲਣ ਨਹੀਂ ਦਿੱਤਾ ਉਹਨਾਂ ਨੇ ਉਸੇ ਸ਼ੋਰ ਵਿੱਚ ਸੱਤ ਬਿੱਲ ਜਿਹੜੇ ਸੀਗੇ ਪਾਸ ਕਰਾ ਲਏ ਵਿਜੀਲੈਂਸ ਕਮਿਸ਼ਨ ਲੈਂਡਲੈਸ ਫਾਰਮਰਸ ਦੀ ਜ਼ਮੀਨ ਦਾ ਬਿੱਲ ਉਹਦੇ ਵਿੱਚ ਕੋਈ ਬਹਿਸ ਨਹੀਂ ਹੋਈ ਔਰ ਮੈਂ ਇਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਲਾਗੇ ਬੈਠੇ ਸੀਗੇ ਮੈਂ ਖੈਰ ਜੇ ਅਰਵਿੰਦ ਕੇਜਰੀਵਾਲ ਮਾਫੀ ਮੰਗ ਸਕਦਾ ਵਿਕਰਮ ਜਿੱਠੀਏ ਤੋਂ ਤੁਸੀਂ ਸਪੀਕਰ ਤੋਂ ਮਾਫੀ ਮੰਗ ਲਓ ਘੱਟੋ ਘੱਟ ਸਦਨਤਾ ਚੱਲਣ ਲੈਣ ਦਿ ਔਰ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਗੱਲ ਸੁਣ ਕੇ ਕਮੈਂਟ ਕਰਿਆ ਕਰੋ ਹੈਡਿੰਗ ਪੜ੍ਹ ਕੇ ਜਾਂ ਨਫ਼ਰਤ ਦੀ ਭਾਵਨਾ ਨਾ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਆਪਣੀ ਗੱਲ ਕਹਿਣੀ ਕਹਿਣੀ ਆ ਪਰ ਜੋ ਵੀ ਗੱਲ ਕਹਿਣੀ ਹੈ ਇੱਕ ਤਾਂ ਤਮੀਜ਼ ਨਾਲ ਕਹੋ ਇੱਕ ਉਸ ਨੂੰ ਲੌਜੀਕ ਨਾਲ ਦਿਖਾਓ ਮੇਰਾ ਅੱਜ ਦਾ ਇਹ ਪੱਖ ਸੀਗਾ ਕਿ ਅੱਜ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਆ ਉਹ ਕੀ ਕਹਿੰਦੇ ਹੁੰਦੇ ਆ ਕਿ ਥੀਏਟ੍ਰਿਕਸ ਹੋ ਰਹੀ ਹੈ ਜਿੱਦਾਂ ਕੋਈ ਡਰਾਮਾ ਚੱਲ ਰਿਹਾ ਹੁੰਦਾ ਜਿੱਦਾਂ ਕੋਈ ਕੋਈ ਗਿਮਿਕਰੀ ਆ ਕਿ ਅਸੀਂ بس ਕਿਸੇ ਤਰੀਕੇ ਨਾਲ ਅਖਬਾਰਾਂ ਵਿੱਚ ਫੋਟੋਆਂ ਛਪ ਜਾਣ ਟੀਵੀ ਵਿੱਚ ਸਾਡੀ ਗੱਲ ਆ ਜਾਏ ਇਸ ਤੋਂ ਵੱਧ ਮੇਰੇ ਸਤਿਕਾਰਯੋਗ ਵੀਰੋ ਅਤੇ ਭੈਣੋ ਤੇ ਪੰਜਾਬੀਓ ਕੁਝ ਨਹੀਂ ਹੋ ਰਿਹਾ ਇਸ ਲਈ ਸਾਰਿਆਂ ਦਾ ਅਸਲ ਪਛਾਣੋ ਕਿ ਕਿੱਥੇ-ਕਿੱਥੇ ਲੋਕ ਖੜੇ ਨੇ ਠੀਕ ਹੈ ਜਿੱਦਾਂ ਦਾ ਵੀ ਮਾੜਾ ਚੰਗਾ ਜੋ ਵੀ ਕੀਤਾ ਘੱਟੋ-ਘੱਟ ਪੰਜਾਬ ਦੀ ਸਰਕਾਰ ਨੇ ਇਹ ਹਿੰਮਤ ਕੀਤੀ ਆ ਕਿ ਉਸ ਕਾਨੂੰਨਾ ਨੂੰ ਰੱਦ ਕਰਕੇ ਇੱਕ ਬਤਾ ਪਾ ਦਿੱਤਾ ਔਰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਘੱਟੋ ਇਸ ਇਸ ਮਤੇ ਦੀ ਘੱਟੋ-ਘੱਟ ਅਸੀਂ ਸਪੋਰਟ ਕਰਦੇ ਹਾਂ ਔਰ ਉਹਨਾਂ ਨੇ रेल लिंक्स ਦੇ ਉੱਤੇ ਜਿਹੜੇ ਬੈਠੇ ਸੀ ਉਹਨਾਂ ਨੇ 15 ਦਿਨ ਦੀ ਛੋਟ ਦਿੱਤੀ ਕਿ ਜਿਹੜਾ ਜ਼ਰੂਰੀ ਸਮਾਨ ਹੈ ਉਹ ਜ਼ਰੂਰ ਤੁਸੀਂ ਲੈ ਕੇ ਆਓ। ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਤਾਂ ਗਰਮਜੋਸ਼ੀ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਨੱਠੇ-ਨੱਠੇ ਗਵਰਨਰ ਕੋਲ ਕੇ ਮੈਂ ਨਹੀਂ ਗਿਆ ਉੱਥੇ। ਔਰ ਮੈਂ ਉੱਥੇ ਗੱਲ ਕਹੀ ਆ ਕਿ ਅਸੀਂ ਕਿਸਾਨਾਂ ਦੇ ਸੰਘਰਸ਼ ਦੇ ਨਾਲ ਆ ਜੋ ਫੈਸਲਾ ਉਹ ਲੈਣਗੇ ਅਸੀਂ ਉਸ ਮੁਤਾਬਕ ਆਪਣੀ ਗੱਲ ਅੱਗੇ ਰੱਖਾਂਗੇ। ਔਰ ਅੱਜ ਵੀ ਮੈਂ ਕਹਿਣਾ ਚਾਹੁੰਨਾ ਕਿਉਂਕਿ ਇਹ ਸਾਰਾ ਅੰਦੋਲਨ ਜਿਹੜਾ ਹੈ ਪ੍ਰੈਸ਼ਰ ਉਹ ਬਿਲਡ ਹੀ ਕਿਸਾਨਾਂ ਨੇ ਕੀਤਾ ਵਾ। ਇਹਦਾ ਕ੍ਰੈਡਿਟ ਕੋਈ ਨਹੀਂ ਕੋਈ ਟਰੈਕਟਰ ਤੇ ਚੜਿਆ ਫ ਅ ਵੱਡੀਆਂ ਵੱਡੀਆਂ ਗੱਡੀਆਂ ਦੇ ਸੁਖਬੀਰ ਵਾਂਗੂ ਰੋਸ ਮਾਰਚ ਕਰਦੇ ਸਾਰੇ ਬੋਗਸ ਸੀਗੇ ਅੱਜ ਅਗਰ ਕੁਝ ਵੀ ਹੋ ਰਿਹਾ ਵਾ ਉਹ ਕਿਸਾਨਾਂ ਦੇ ਪ੍ਰੈਸ਼ਰ ਦੇ ਅੰਦੋਲਨ ਦੇ ਬਦਲਤ ਹੋ ਰਿਹਾ ਇਸ ਲਈ ਸਾਨੂੰ ਸਭ ਨੂੰ ਆਪਣੀਆਂ ਪਾਰਟੀਆਂ ਦੇ ਝੰਡੇ ਡਾਊਨ ਕਰਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ